ਲਾਰੈਂਸ ਬਿਸ਼ਨੋਈ ਨੂੰ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦਿੱਤੇ ਹੋਏ ਤਕਰੀਬਨ ਮਹੀਨਾ ਹੋਣ ਨੂੰ ਆਇਆ ਹੈਗਾ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਤੇ ਨਾਲ ਇਹ ਕੇਜਰੀਵਾਲ ਇਹ ਆਮ ਆਦਮੀ ਸਰਕਾਰ ਦਾ ਹਰੇਕ ਐਮਐਲਏ ਜਵਾਬ ਦੇ ਕਿ ਇਹ ਖੁਖਿਆ ਗੈਂਗਸਟਰ ਖਤਰਨਾਕ ਗੈਂਗਸਟਰ ਬਠਿੰਡੇ ਦੀ ਹਾਈ ਸਿਕਿਉਰਿਟੀ ਜੇਲ੍ਹ ਜਿੱਥੇ ਇੱਕ ਫੋਨ ਤੱਕ ਨਹੀਂ ਅੰਦਰ ਜਾ ਸਕਦਾ ਉਹਨੂੰ ਇੰਟਰਨੈਟ ਫੈਸਿਲਿਟੀਆਂ ਦੇ ਨਾਲ 스마트ਫੋਨ ਦੇ ਨਾਲ ਇੱਕ ਘੰਟੇ ਦਾ ਸਮਾਂ ਇੱਕ ਪ੍ਰਾਈਵੇਟ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਦਾ ਕਿੱਥੋਂ ਇਹ ਮੌਕਾ ਮਿਲਿਆ ਤੇ ਹੈਰਾਨੀ ਦੀ ਗੱਲ ਕਿ ਪੂਰੇ ਸਾਰੇ ਦੇਸ਼ ਨੇ ਦੇਖਿਆ ساری ਦੁਨੀਆ ਨੇ ਦੇਖਿਆ ਲੇਕਿਨ ਇੱਕ ਮਹੀਨੇ ਦੇ ਬਾਅਦ ਜਿਹੜਾ ਹੋਮ ਮਿਨਿਸਟਰ ਮੁੱਖ ਮੰਤਰੀ ਹੈਗਾ ਅਜ ਤਾਈਂ ਨਾ ਕੋਈ ਸਸਪੈਂਡ ਹੋਇਆ ਹੈ ਨਾ ਕੋਈ ਜ਼ਿੰਮੇਵਾਰ ਇਹਦਾ ਇਕੱਠਾ ਰਾਇਆ ਗਿਆ ਤੇ ਨਾ ਹੀ ਕੋਈ ਐਕਸ਼ਨ ਲਿੱਤਾ ਗਿਆ ਤੇ ਤੁਸੀਂ ਦੇਖੋ ਗੈਂਗਸਟਰਾਂ ਦੀ ਕਿਹੋ ਜੀ ਤੋੜ ਹੈਗੀ ਅੱਜ ਪੰਜਾਬ 'ਚ ਕਿ ਜਿਹੜਾ ਡੀਜੀਪੀ ਉਹ ਵੀ ਐਡੀਸ਼ਨਲ ਚਾਰਜ ਹੈ ਤਾਂ ਪੂਰ ਫੁੱਲ ਟਾਈਮ ਡੀਜੀਪੀ ਨਹੀਂ ਲਾ ਸਕੇ ਜਿਹਦਾ ਕੰਮ ਹੀ ਸਿਰਫ ਇਹਨਾਂ ਨੂੰ ਕੰਟਰੋਲ ਕਰਨਾ ਹੋਵੇ ਡੀਜੀਪੀ ਨੇ ਆ ਕੇ ਅਗਲੇ ਦਿਨ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਆਹ ਤਾਂ ਪੰਜਾਬ ਤੋਂ ਬਾਹਰ ਸਿਗਾ ਦੇਖੋ ਜੀ ਇਹਦੇ ਕੱਪੜੇ ਉਹੋ ਜਿਹੇ ਸੀਗੇ ਇਹਦੀ ਮੁੱਛਾਂ ਲੰਬੀਆਂ ਸੀ ਬਾਲ ਛੋਟੇ ਸੀ ਗੈਂਗਸਟਰ ਦਾ ਤੁਸੀਂ ਉਹਦੀ ਔਕਾਦ ਦੇਖੋ ਅਗਲੇ ਦਿਨ ਦੁਬਾਰਾ ਉਹਨੇ ਇੱਕ ਇੰਟਰਵਿਊ ਦਿੱਤਾ ਉਹੀ ਟੀ-ਸ਼ਰਟ ਪਾਈ ਉਹੀ ਮੁੱਛਾਂ ਨੂੰ ਵੱਟ ਪਾਇਆ ਤੇ ਉਹੀ ਬਾਲ ਬਣਾ ਕੇ ਇੱਕ ਘੰਟਾ ਹੋਰ ਇੰਟਰਵਿਊ ਦਿੱਤਾ ਤੇ ਸ਼ਰਿਆਮ ਦੱਸਿਆ ਕਿ ਕਿਵੇਂ ਸਦੋਮੋਸੇ ਵਾਲਾ ਦੀ ਮੌਤ ਉਹਨੇ ਕਰਵਾਈ ਉਹਦਾ ਮਰਡਰ ਕਰਵਾਇਆ ਕਿਵੇਂ ਅੰਦਰ بیٹھا ਪੂਰੇ ਸਰਕਾਰੀ ਖਰਚੇ ਤੇ ਪੁਲਿਸ ਸਿਕਿਉਰਿਟੀ ਦੇ ਨਾਲ ਆਜ ਪਾਵੇਂ ਹਥਿਆਰ ਹੋਣ ਪਾਵੇਂ ਫਿਰੋਤੀਆਂ ਹੋਣ ਪਾਵੇਂ ਕਿਡਨੈਪਿੰਗਸ ਹੋਣ ਤੇ ਪਾਵੇਂ ਮਰਡਰ ਹੋਣ ਉਹਦੀ ਦੁਕਾਨ ਬਹੁਤ ਵਧੀਆ ਚੱਲ ਰਹੀ ਹੈ ਜੀ ਤੇ ਇਹਨਾਂ ਕੁਝ ਹੋਣ ਦੇ ਬਾਵਜੂਦ ਮੁੱਖ ਮੰਤਰੀ ਚੁੱਪੀ ਤਾਰੀ ਬੈਠਾ ਹੈ ਕਿਸੇ ਵੀ ਜ਼ਿੰਮੇਵਾਰੀ ਨਹੀਂ ਕਿਸੇ ਤੇ ਡਿਸਮਿਸ ਨਹੀਂ ਹੋਇਆ ਕਿਉਂ ਇਹ ਪੰਜਾਬ ਦੇ ਲੋਕਾਂ ਨੂੰ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦਾ ਆਮ ਆਦਮੀ ਦੇ ਹਰੇਕ ਐਮਐਲਏ ਜਵਾਬ ਦੇ ਕਿਉਂ ਨਹੀਂ ਹੈ ਕਿ ਪੰਜਾਬ ਦੇ ਹਾਈ ਸਕਿਉਰਿਟੀ ਜੇਲਾ ਚ ਕੀ ਕੁਝ ਹੋ ਰਿਹਾ ਹੈਗਾ ਆਹੀ ਕਾਰਨ ਹੈ ਕਿ ਯੂਨੀਅਨ ਹੋਮ ਮਿਨਿਸਟਰੀ ਕਹਿੰਦੀ ਕਿ 28 ਗੈਂਗਸਟਰਸ ਪੰਜਾਬ ਨੂੰ ਚਲਾ ਰਹੇ ਕਿਉਂਕਿ ਸਰਕਾਰੀ ਗੈਂਗਸਟਰਾਂ ਦੇ ਨਾਲ ਮਿਲ ਗਈ ਹੈ ਤੇ ਜਿਹੜੇ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲੇ ਜਿਹੜੇ ਬੰਦੇ ਆ ਜਾਂਦੇ ਨੇ ਤੇ ਫਿਰ ਉਹ ਤਾਂ ਆਪਾ ਦੇਖਿਆ ਹੈ ਕਿ ਲਾਅ ਐਂਡ ਆਰਡਰ ਦਾ ਕੀ ਕਾਨੂੰਨ ਵਿਵਸਥਾ ਦਾ ਕੀ ਹਾਲ ਹੋ ਰਿਹਾ ਹੈਗਾ ਅੱਜ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਇੱਕ ਸਾਂਝ ਅਰਧ ਵਿਵਸਥਾ ਹਰੇਕ ਚੀਜ਼ ਤੈਸ਼ ਨਸ਼ ਕਰਕੇ ਰੱਖਦੀ ਲੇਕਿਨ ਮੈਂ ਜਵਾਬ ਚਾਨੀਆਂ ਪਹਿਲੇ ਕਹਤਾ ਕਿ ਗੋਲਡੀ ਬਰਾਰ ਨੂੰ ਫੜ ਲਿਆ ਉਹ ਗੋਲਡੀ ਬਰਾਰ ਨੇ ਸ਼ਰੀਆਮ ਦੁਨੀਆ ਨੂੰ ਦੱਸਤਾ ਕਿ ਮੈਨੂੰ ਕਿਨੇ ਫੜਿਆ ਹੈਗਾ ਅੱਜ ਇੱਕ ਦੂਜਾ ਗੈਂਗਸਟਰ ਇਹਨਾਂ ਦੇ ਨਖ ਦੇ ਥੱਲੇ ਇੰਟਰਵਿਊ ਦੇ ਰਿਹਾ ਹੈਗਾ ਤੇ ਇਹ ਹੱਥ ਤੇ ਹੱਥ ਤਰੀ ਬੈਠੇ ਨੇ ਕਿ ਇਹ ਨਹੀਂ ਨਾਕਾਮ ਹੋ ਗਈ ਹੈ ਪੰਜਾਬ ਸਰਕਾਰ ਕਿ ਗੈਂਗਸਟਰਾਂ ਨੂੰ ਰੋਕ ਨਹੀਂ ਸਕਦੇ ਲੋਕਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਆਹੀ ਹੈ ਕਿ ਆਪ ਤਾਂ ਬਤਾਲੀ ਬਤਾਲੀ ਗੱਡੀਆਂ ਪੁਲਸੀਆਂ ਲੈ ਕੇ ਫਿਰਦੇ ਨੇ ਹਜ਼ਾਰਾਂ ਪੁਲਸ ਤਾਂ ਆਪ ਦੇ ਖਾਨਦਾਨ ਤੇ ਆਪਣੀ ਹਫਾਜ਼ਤ ਵਾਸਤੇ ਤੇ ਲੋਕੀ ਕਥੇ ਜਾਣ ਜਿਹੜੇ ਗੈਂਗਸਟਰ ਤੋਂ ਦੁਖੀ ਹੋਏ ਬੈਠੇ ਨੇ ਮੈਂ ਪੁੱਛਣਾ ਚਾਹੁੰਦੀ ਆ ਕਿ 1 ਮਹੀਨੇ ਹੋਣ ਤੋਂ ਬਾਅਦ ਜਿਹੜੀ ਲੌਰੈਂਸ ਮਿਸ਼ਨੋਈ ਦੀ ਇੰਟਰਵਿਊ ਆਈ ਹੈ ਸਾਹਮਣੇ ਉਹਦਾ ਜ਼ਿੰਮੇਵਾਰ ਕੌਣ ਸੀ ਉਹ ਇੰਟਰਵਿਊ ਕਿੱਥੇ ਹੋਈ ਉਹ ਫੋਨ ਅੰਦਰ ਕਿਵੇਂ ਗਿਆ ਇੰਟਰਨੈਟ ਫੈਸਿਲਿਟੀ ਕਿਵੇਂ ਹੋਈ ਦੋ ਦੋ ਇੰਟਰਵਿਊਜ਼ ਹੋ ਗਈਆਂ ਨੇ ਤੁਸੀਂ ਇੰਟਰਨੈਟ ਤਾਂ ਬੰਦ ਕਰ ਦਿੰਦੇ ਹੋ ਉਸ ਇੰਟਰਨੈਟ ਨੂੰ ਬੰਦ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਚੁੱਕੇ ਜੇਲਾਜੇ ਧੱਕ ਦਿੰਦੇ ਹੋ ਉਥੇ ਅਸਮਤਾ ਹੀ ਭੇਜ ਦਿੰਦੇ ਹੋ ਇਹ ਸਾਰੇ ਤੁਹਾਡੇ ਨੌਟੰਕੀਆ ਜਾਂ ਤਾਂ ਫਿਰ ਸਿੱਧੂ ਮੂਸੇਵਾਲਾ ਜਿਹਨਾਂ ਦਾ ਪਹਿਲੀ ਵਰਸੀ ਸੀਗੀ ਉਹਨਾਂ ਦੇ ਮਾਪਿਆਂ ਦੇ ਉਸ ਪ੍ਰੋਗਰਾਮ ਨੂੰ ਡੀਰੇਲ ਕਰਨ ਵਾਸਤੇ ਜਾਂ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਜਾਂ ਤਾਂ ਫਿਰ ਤੁਸੀਂ ਇੰਨੇ ਲਾਚਾਰ ਹੋ ਗਏ ਹੋ ਕਿ ਤੁਸੀਂ ਇਹਨਾਂ ਗੈਂਗਸਟਰ ਨੂੰ ਜੇ ਨੱਥ ਨਹੀਂ ਪਾ ਸਕਦੇ ਤਾਂ ਫਿਰ ਆਪ ਬੰਨੇ ਹੱਥ ਮਾਨਸਾ ਪੰਜਾਬ ਛੱਡ ਦਿਓ ਲੈ ਕੇ ਆਪਣੀ ਸਰਕਾਰ ਦੂਜੇ ਸੂਬਿਆਂ ਚ ਜਿੱਥੇ ਪੰਜਾਬ ਨੂੰ ਨਿਚੋੜ ਕੇ ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਨੂੰ ਚਮਕਾ ਰਹੇ ਹੋ ਨਾ ਜਹਾਜ਼ ਤੇ ਚੜ ਕੇ ਕਦੇ ਅਸਾਮ ਪਹੁੰਚ ਗਏ ਕਦੇ ਨਾਰਥ-ਈਸਟ ਪਹੁੰਚ ਗਏ ਜਿੱਥੇ ਇਲੈਕਸ਼ਨ ਹੁੰਦੀ ਉੱਥੇ ਪਹੁੰਚ ਜਾਂਦੇ ਆ ਜਾਂ ਤੁਸੀਂ ਉੱਥੇ ਜਾ ਕੇ ਆਪਦੀ ਰਾਜਨੀਤੀ ਕਰੋ ਤਾਂ ਇਹ ਕਿਸੇ ਹੋਰ ਨੂੰ ਫੜਾ ਜਾਓ ਤਾਂ ਕਿ ਪੰਜਾਬ ਬਚ ਜਾਏ ਮੇਰਾ ਸਿਰਫ ਇੱਕ ਚੀਜ਼ ਦਾ ਜਵਾਬ ਦੇ ਦਿਓ ਤੇ ਮੈਂ ਆਮ ਪੰਜਾਬੀਆਂ ਨੂੰ ਵੀ ਪੁੱਛਣਾ ਚਾਹੁੰਦੀ ਆ ਇੱਕ ਹਾਈ ਸਿਕਿਉਰਿਟੀ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਜਾਂਦਾ ਇੰਟਰਨੈਟ ਦੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇੰਟਰਵਿਊ ਹੁੰਦਾ ਹੈਗਾ ਜੇਲ ਮਨਿਸਟਰ ਤੇ ਮੁੱਖ ਮੰਤਰੀ ਇੱਕੋ ਹੀ ਹੈ ਜ਼ਿੰਮੇਵਾਰ ਕੌਣ ਹੈ ਫਿਰ ਤੇ ਜੇ ਜ਼ਿੰਮੇਵਾਰ ਹੈ ਤਾਂ ਫਿਰ ਐਕਸ਼ਨ ਕੀ ਲੱਤਾ ਜੇ ਜ਼ਿੰਮੇਵਾਰੀ ਵੀ ਨਹੀਂ ਲੱਗਦੀ ਐਕਸ਼ਨ ਵੀ ਨਹੀਂ ਲੱਗਤਾ ਤੇ ਆ ਸਾਰਾ ਕੁਝ ਇੱਕ ਇੱਕ ਨਹੀਂ ਦੋ ਦੋ ਇੰਟਰਵਿਊਜ਼ ਹੋ ਗਏ ਇਹਦਾ ਮਤਲਬ ਤੁਸੀਂ ਖੁੱਲੀ ਛੁੱਟੀ ਦਿੱਤੀ ਹੋਈ ਹੈ ਜਾਂ ਤੁਸੀਂ ਇਹਦੇ ਨਾਲ ਰਲੇ ਮਿਲੇ ਹੋ ਤੇ ਜੇ ਫਿਰ ਉਹ ਪੰਜਾਬੀ ਦੀ ਕਹਾਵਤ ਹੈ ਜੇ ਕੁੱਤੀ ਚੋਰਾ ਨਾਲ ਰਲ ਜਾਏ ਤੇ ਫਿਰ ਹਸ਼ਰ ਕੀ ਹੋਣਾ ਉਹ ਪੰਜਾਬੀ ਭੁਗਤ ਰਏ